तोड़ी है ना फड़ कदे कच्ची रुत दे, जुत्तियां ना मारिए जवान पुत दे, दिल वाला भेत ना किसे नु दसिए, सौरियां दे पिंड जाके कदे ना वसिए। सियाने बंदे किसे गल तो मना करदे सी, हुण वाले दो दो महीने नहीं मुड़दे। क्यों नहीं मुड़दे बाबा जी? जो उत्थे बेलियां खाणियां पैणियां, घरे काम करना पैणा, कि किसे गल तो मना करदे सी। सुन के इधर खेल मिल लो, कोई नहीं अज सानू मिल लो, असीं वी फैसलाबाद चल के आए हुए। कहना किकरां नू बेर बेरियां नू अंब जी उड़ूगा जबाना ला के खंभ जी, प्यो दी रह जदो पुत पुछूगा उदो दुध के देखो पुड़ियां जी विकूगा। हुण वक्त आ गया, अगे नहीं सियाणे बंदे सलाह करदे सी, हुण पहला न्याणे तो पुछणी पैंदी है, वक्त पुठा जा लग गया। अगे सियाणे बंदे दसदे सी बच्चा ते रंबा, बाबा जी जिन्ना चंड के रखो उन्ना पदरा रहिंदा है। हुण कोई रोकदा चंगे माड़े थां जाण तो न्याणे नू बच्चिआं नू? कोई नहीं मना करदा, जद इह जवान हो जांदे आ हुण तुहाडे सामणे ही है जग ते की हुंदा फिरदा। ਇੱਥੋਂ ਕਿਸੇ ਆਰਫ ਲੋਕ ਨੇ ਲਿਖਿਆ ਕਿ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ, ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ। ਬਚਪਨ ਤੋਂ ਬੱਚੇ ਨੂੰ ਰੋਕੀਏ ਨਾ, ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿੰਦਾ ਢਹਿੰਦਾ ਢਹਿ ਜਾਂਦਾ। ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ, ਉਹ ਪੈਂਦਾ ਪੈਂਦਾ ਬਹਿ ਜਾਂਦਾ। ਚੋਲ ਖੋਰ ਨੂੰ ਜੇ ਰੋਕ ਵੀ ਦਈਏ ਤੇ ਗੱਲ ਕਹਿੰਦਾ ਕਹਿੰਦਾ ਕਹਿ ਜਾਂਦਾ, ਬੁਖਾਰਾ ਹੋ ਜਾਣਾ ਜਿੰਨਾ ਚਿਰ ਦਸਾਂ ਬੰਦਿਆਂ ਨੂੰ ਕਹਿ ਜਾਂਦਾ। ਚੋਲ ਖੋਰ ਨੂੰ ਰੋਕ ਵੀ ਦਈਏ, ਗੱਲ ਕਹਿੰਦਾ ਕਹਿੰਦਾ ਬਹਿ ਜਾਂਦਾ। ਪੂਰੀ ਅੱਗ ਜੇ ਭੱਠੇ ਨੂੰ ਨਾ ਦਈਏ, ਭੱਠਾ ਬਹਿੰਦਾ ਬਹਿੰਦਾ ਬਹਿ ਜਾਂਦਾ। ਪਹਿਲੀ ਉਮਰ ਨਾਲ ਜਿਹਦਾ ਵਿਆਹ ਹੋਵੇ ਉਹ ਫਿਰ ਰਹਿੰਦਾ 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 ਰਹਿ ਜਾਂਦਾ। ਇੱਥੇ ਤਾਂ ਬਹੁਤ ਬੈਠੇ ਹੋਣੇ ਆ, ਰਹਿੰਦਾ ਰਹਿੰਦਾ ਰਹਿ ਜਾਂਦਾ। ਜੇ ਤਾਂ ਚੱਜ ਦੇ ਕੰਮ ਕਰਦੇ ਰਹੇ ਹੋ ਜੂਗਾ, ਨਹੀਂ ਬਚ ਜਾਓਗੇ। ਰਿਸ਼ਤੇ ਚੰਗੇ ਮੁੰਡੇ ਨੇ ਉਹਨਾਂ ਜਿਹੜੇ ਕੰਮ ਕਰਦੇ ਆ, ਜਿਹੜੇ ਨਕੰਮੇ ਆ ਉਹਨਾਂ ਨੂੰ ਦੇਖ ਕੇ ਬੁਕਰ ਜਾਂਦੇ, ਅਗਲੇ ਗੁਆਂਢ ਨਹੀਂ ਦੱਸ ਦਿੰਦਾ ਕਿ ਮੁੰਡਾ ਤਾਂ ਚਰਚ ਪੀਂਦਾ। ਇਸ ਗੱਲੋਂ ਬਚਿਓ ਫੇਰ ਹੋ ਜੂਗਾ, ਨਹੀਂ ਤਾਂ ਫਿਰ ਰਹਿ ਜਾਓਗੇ ਛੜੇ। ਇੰਡੀਆ ਦੇ ਦੌਰ ਦੀ ਗੱਲ ਹੈ ਬਾਬਾ ਜੀ, ਉਦੋਂ ਰਿਸ਼ਤਾ ਨਹੀਂ ਸੀ ਲੱਭਦਾ ਹੁੰਦਾ, ਉਦੋਂ ਵਿਆਹ ਬੜਾ ਔਖਾ ਹੁੰਦਾ ਸੀ। ਇੱਕ ਬੰਦਾ ਰਹਿ ਗਿਆ, ਭੱਜ ਦੌੜ ਬਹੁਤ ਕੀਤੀ, ਕਿਸੇ ਪਾਸੇ ਚਾਰਾ ਨਾ ਚੱਲਿਆ, ਉਹ ਬੇਆਸ ਹੋ ਗਿਆ, ਬੇਅਮੀਦ ਹੋ ਗਿਆ। ਕਹਿੰਦਾ ਵੀ ਮੇਰਾ ਨੀ ਵਿਆਹ ਹੋਣਾ, ਛੱਡ ਕਹਿੰਦਾ ਵਿਆਹ ਤੋਂ ਕੀ ਲੈਣਾ, ਭਲਾ ਜਮਾਨਾ ਸਸਤਾ ਦੌਰ, ਗੌਰਮੈਂਟ ਦੀ ਸਰਕਾਰੀ ਨੌਕਰੀ ਬਗੈਰ ਰਿਸ਼ਵਤ ਤੋਂ ਲੱਭ ਜਾਂਦੀ। ਫੌਜ ਦੇ ਵਿੱਚ ਭਰਤੀ ਹੋ ਗਿਆ, ਫੌਜ ਦੀ ਭਰਤੀ ਹੋ ਗਿਆ, ਨੌਕਰੀ ਕਰਦਾ ਰਿਹਾ 25-30 ਸਾਲ, ਸਰਵਿਸ ਪੂਰੀ ਕਰਕੇ ਰਿਟਾਇਰ ਹੋ ਕੇ ਸਰਕਾਰੀ ਪੈਸੇ ਲੈ ਕੇ ਵਾਪਸ ਆਪਣੇ ਪਿੰਡ 'ਚ ਆ ਗਿਆ। ਹੁਣ ਉਸ ਵੇਲੇ ਪਿੰਡ 'ਚ ਆ ਗਿਆ, ਸਿਆਣਾ ਹੋ ਗਿਆ, ਕਹਿੰਦਾ ਹੁਣ ਵਿਆਹ ਵਾਲੀ ਉਮਰੋਂ ਤਾਂ ਲੰਘ ਗਾਹਾਂ, ਕਿਸੇ ਜ਼ਿਮੀਂਦਾਰ ਨਾਲ ਸਾਂਝੀ ਤੇ ਖੇਤੀਬਾੜੀ ਸ਼ੁਰੂ ਕਰ ਲੈਂਦੇ ਹਾਂ, ਵੀ ਚੱਲ ਬਕਾਇਆ ਵਕਤ ਗੁਜ਼ਰ ਜੂ। ਹਜੇ ਖੇਤੀਬਾੜੀ ਸ਼ੁਰੂ ਨਹੀਂ ਕੀਤੀ ਜਦ ਨੂੰ ਵਿਚਾਰੇ ਦੀ ਮਾਂ ਮਰ ਗਈ, ਅਸਲੋਂ ਜਹਾਨ ਤੇ ਇੰਟਰਨੈਸ਼ਨਲ ਬੈਨ ਕਵਾਮੀ ਛੜਾ ਕੱਲਾ ਹੀ ਰਹਿ ਗਿਆ, ਹੁਣ ਉਹਦਾ ਕੋਈ ਨਾ ਰਿਹਾ। ਕਹਿੰਦਾ ਪਹਿਲਾਂ ਛੜੇ ਨੇ ਕਰ ਲਈ ਨੌਕਰੀ, ਫੇਰ ਆ ਗਿਆ ਘਰੇ, ਫੇਰ ਛੜੇ ਦੀ ਮਾਂ ਮਰ ਜਾਂਦੀ, ਸਿਆਪਾ ਕੋਈ ਨਾ ਕਰੇ। ਫੇਰ ਛੜੇ ਨੇ ਕਰ ਲਈ ਖੇਤੀ, ਸਾਂਝੀ ਕੋਈ ਨਾ ਰਲੇ, ਡਰਦਾ ਵੀ ਇਹਨੇ ਦੇਣਾ ਕਿਸੇ ਨੂੰ ਕੀ ਹੈ। ਫੇਰ ਛੜੇ ਨੇ ਕਰ ਲਈ ਖੇਤੀ, ਸਾਂਝੀ ਕੋਈ ਨਾ ਰਲੇ, ਅਗਲੇ ਦਿਨ ਹਲ ਲੈ ਕੇ ਤੁਰ ਪਏ ਤੇ ਚਊ ਭੁੱਲ ਗਿਆ ਘਰੇ। ਚਊ ਲੈ ਕੇ ਜਦ ਵਾਪਸ ਮੁੜਿਆ, ਝੋਟਾ ਡੁੱਬੇ ਵਿੱਚ ਵੜੇ, ਇੱਟਾਂ ਉੱਟਾਂ ਮਾਰ ਕੇ ਝੋਟਾ ਕੱਢੇ, ਜਦ ਨੂੰ ਸਿਖਰ ਦੁਪਹਿਰਾ ਚੜੇ, ਫੇਰ ਛੜੇ ਨੂੰ ਭੁੱਖ ਲੱਗ ਜਾਂਦੀ, ਵਿੰਗੀਆਂ ਟੇਢੀਆਂ ਰਹਿਣਾ ਵੜੇ, ਹਲ ਛੱਡ ਕੇ ਜਦ ਘਰ ਨੂੰ ਆਇਆ ਤਾਂ ਆਟਾ ਹੈ ਨੀ ਘਰੇ। ਉਦੋਂ ਕਿਹੜਾ ਬਿਜਲੀ ਹੁੰਦੀ ਸੀ ਜਾਂ ਮੋਟਰਾਂ ਲੱਗੀਆਂ ਸੀ, ਹੱਥ ਵਾਲੀ ਚੱਕੀ ਹੁੰਦੀ ਸੀ, ਉਹਦੇ ਨਾਲ ਦਾਣੇ ਪੀਣੇ ਤਾਂ ਰੋਟੀ ਪਾਣੀ ਤਿਆਰ ਕਰਨਾ, ਬੰਦੇ ਵੀ ਮਿਹਨਤ ਕਰਦੇ ਸੀ ਹੱਥ ਨਾਲ, ਸਾਡੀਆਂ ਬੀਬੀਆਂ ਮਾਈਆਂ ਭੈਣਾਂ ਵੀ ਕਰਦੀਆਂ ਸੀਗੀਆਂ ਉਸ ਵਕਤ ਦੇ ਵਿੱਚ। ਹਾਂਜੀ, ਪਾਣੀ ਵੀ ਨਲਕੇ ਨਾਲ ਗੇੜਨਾ, ਹੱਥ ਵਾਲੀ ਮਸ਼ੀਨ ਨਾਲ ਪੱਠੇ ਕੁਤਰਨੇ, ਹਾਂਜੀ ਚੱਟ 'ਚ ਲੱਸੀ ਰਿੜਕਣੀ, ਚੱਕੀ 'ਚ ਲਾਉਣੀ, ਬੰਦੇ ਸਿਹਤਮੰਦ, ਔਰਤਾਂ ਸਿਹਤਮੰਦ, ਹੁਣ ਕੀ ਵਿਹੜਾ ਬੈਠਿਆ ਹੋਇਆ। ਬੰਦਾ ਤਾਂ ਆਉਂਦਾ ਬਾਹਰੋਂ ਥੱਕਿਆ ਟੁੱਟਾ ਕੰਮ ਤੋਂ, ਵਿਹੜੇ ਜਾ ਕੇ ਮੰਜੀ ਤੇ ਬਹਿ ਜਾਂਦਾ, ਘਰ ਵਾਲੇ ਨੂੰ ਕਹਿੰਦਾ ਥਕਾਵਟ ਬਹੁਤ ਹੈ, ਚਾਹ ਦੀ ਘੁੱਟ ਤਾਂ ਕਰ ਦਿਓ, ਕਹਿੰਦੀ ਮੇਰਾ ਅੱਗੇ ਸਵੇਰ ਦਾ ਬਲੈਂਡ ਬਧਿਆ ਹੋਇਆ। ਸਿਆਪੇ ਨੀ ਸੀ ਪੈਂਦੇ ਉਦੋਂ, ਉਹਨੇ ਹੁਣ ਚੱਕੀ ਕੱਢੀ ਤਾਂ ਵਿਹੜੇ 'ਚ ਰੱਖ ਕੇ ਬਾਬਾ ਜੀ ਪੀਣ ਲੱਗ ਗਿਆ, ਦੋ ਸਿਰ ਦਾਣੇ ਲੈ ਕੇ ਪੀਣ ਬਹਿ ਗਿਆ। ਆਟਾ ਪਿੰਡੇ ਤੇ ਲੜੇ, ਆਟਾ ਪੀ ਕੇ ਜਦ ਦੇਖਣ ਲੱਗਿਆ ਪਾਣੀ ਹੈ ਨੀ ਵਿੱਚ ਘੜੇ, ਬਈ ਪਾਣੀ ਲੈ ਕੇ ਜਦ ਮੁੜ ਕੇ ਆਇਆ ਤਾਂ ਕੁੱਤੇ ਆਟਾ ਖਾਈ ਖੜੇ। ਮਗਰ ਕਿਹੜਾ ਕੋਈ ਧਿਆਨ ਰੱਖਣ ਵਾਲਾ ਸੀ, ਸਿਆਪੇ ਨੂੰ ਫੇਰ ਫਸ ਗਿਆ, ਉਹ ਤੋਂ ਟਾਈਮ ਬਹੁਤਾ ਹੁੰਦਾ ਜਾਵੇ। ਸੇਰ ਕ ਦਾਣੇ ਲੈ ਕੇ ਫੇਰ ਪੀਣ ਬਹਿ ਗਿਆ, ਰੋਟੀ ਤਾਂ ਖਾਣੀ ਸੀ ਨਾ ਉਹਨੇ, ਸੇਰ ਕ ਦਾਣੇ ਲੈ ਕੇ ਫੇਰ ਪੀਣ ਬਹਿ ਗਿਆ, ਫਿਰ ਮੋਟਾ ਮੋਟਾ ਦਲੇ ਬੈਠਾ ਫੂਕਾ ਮਾਰਦਾ, ਨਾ ਅੱਗ ਚੁੱਲ੍ਹੇ 'ਚ ਬਲੇ, ਬਈ ਚਾਰ ਰੋਟੀਆਂ ਪਕਾ ਕੇ ਰੱਖੀਏ ਜਦ ਨੂੰ ਚਾਰ ਪਰਾਹੁਣੇ ਖੜੇ। ਉਹੀ ਹੋ ਗਈ ਹੋਇਆ ਹੋਇਆ ਸੀ, ਉੱਤੋਂ ਆ ਗਏ ਪਰਾਹੁਣੇ, ਹੁਣ ਚਾਰ ਪਰਾਹੁਣੇ ਦੇਖ ਕੇ ਛੜਾ ਝੱਟ ਕੋਠੇ 'ਤੇ ਚੜੇ, ਕੋਠੇ ਉੱਤੇ ਚੜ ਕੇ ਕਹਿੰਦਾ ਕਰਕੇ ਹੱਥ ਖੜੇ,
ਕਹਿੰਦਾ ਮੈਂ ਕਿਸੇ ਕੰਜਰ ਤੇ ਨਹੀਂ ਜਾਂਦਾ, ਕੋਈ ਕੰਜਰ ਮੇਰੇ ਨਾਲ ਕੇ ਬੜੇ ਉਤਲੇ ਹਾਲ ਕੇ ਛੜਾ ਕਿਸੇ ਬਿਆਨ ਕਰਕੇ ਦੱਸਦਾ।